ਫਿਰੋਜ਼ਪੁਰ ਚ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਸੁਸਾਇਟੀ ਦੇ ਵੱਲੋਂ ਲੜਕੀਆਂ ਦੇ ਕਾਲਜ ਚ ਤੀਜ ਦਾ ਮੇਲਾ ਲਗਾਇਆ ਗਿਆ ਜਿਸ ਚ ਡਿਪਟੀ ਕਮਿਸ਼ਨਰ ਦੀ ਪਤਨੀ ਰੀਚਾ ਗੈਨ ਦੇ ਨਾਲ ਇੱਕ ਦਿਨ ਦੀ ਬਣੀ ਡੀਸੀ ਅਤੇ ਬੇਟੀ ਬਚਾਓ ਬੇਟੀ ਪੜਾਓ ਦੀ ਬ੍ਰਾਂਡ ਅੰਬੈਸਡਰ ਅਨਮੋਲ ਬੇਰੀ ਨੇ ਵੀ ਸ਼ਿਰਕਤ ਕੀਤੀ। ਮੇਲੇ ਚ ਲੜਕੀਆਂ ਤੇ ਮਹਿਲਾਵਾਂ ਦੇ ਵੱਲੋਂ ਬੜੀ ਧੂਮ ਧਾਮ ਨਾਲ ਤੀਜ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪੰਜਾਬੀ ਕਲਚਰ ਨੂੰ ਵਿਖਾਉਣ ਵਾਲੀਆਂ ਕਈ ਪ੍ਰਤੀਯੋਗਤਾਵਾਂ ਵੀ ਕਰਵਾਈਆਂ ਗਈਆਂ ਤੇ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਡਿਪਟੀ ਕਮਿਸ਼ਨਰ ਦੀ ਪਤਨੀ ਰੀਚਾ ਗੈਨ ਨੇ ਕਿਹਾ ਕਿ ਤੀਜ ਸਾਡਾ ਕਲਚਰ ਹੈ ਅਤੇ ਕਈ ਥਾਵਾਂ ਤੇ ਇਸ ਨੂੰ ਹਰਿਆਲੀ ਤੀਜ ਵੀ ਕਹਿੰਦੇ ਨੇ। ਉੱਥੇ ਇੱਕ ਦਿਨ ਦੀ ਬਣੀ ਡੀਸੀ ਅਨਮੋਲ ਬੇਰੀ ਨੇ ਕੁੜੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡ ਕੁੱਦ ਅਤੇ ਹੋਰ ਸੱਭਿਆਚਾਰ ਪ੍ਰੋਗਰਾਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ। ਇਹ ਸਭ ਡੀਸੀ ਸਾਹਿਬ ਦੇ ਕਾਰਨ ਹੀ ਹੋਇਆ ਹੈ, ਉਹਨਾਂ ਦੇ ਬਦੌਲਤ ਹੀ ਮੈਂ ਇੱਥੇ ਪਹੁੰਚੀ ਹਾਂ। ਉਹਨਾਂ ਦੀ ਮੋਟੀਵੇਸ਼ਨ, ਉਹਨਾਂ ਦੀ ਵਾਈਬਸ ਇੰਨੀ ਪੋਜ਼ਿਟਿਵਿਟੀ ਦਿੰਦੇ ਹਨ ਕਿ ਸੈਲਫ ਕੌਨਫੀਡੈਂਸ। ਅੱਜ ਇਹੀ ਮੈਂ ਉਹਨਾਂ ਦਾ ਸੰਦੇਸ਼ ਅੱਗੇ ਸਾਰੀ ਗਰਲਸ ਨੂੰ ਦੇਣਾ ਚਾਹੁੰਦੀ ਹਾਂ ਕਿ ਅਪਲਿਫਟ ਕਰਨ, ਆਪਣੇ ਆਪ ਨੂੰ ਸਕਸੈਸ ਕਰਨ, ਆਪਣੇ ਆਪ ਨੂੰ ਹਰ ਫੀਲਡ 'ਚ ਸਭ ਤੋਂ ਅੱਗੇ ਰੱਖਣ। ਬਹੁਤ ਅੱਛਾ ਲੱਗ ਰਿਹਾ ਹੈ ਯਹਾਂ ਪਰ ਆ ਕੇ। ਔਰ ਤੀਜ ਤੋਂ ਵੈਸੇ ਹਮਾਰਾ ਹੈਰੀਟੇਜ ਹੈ ਜੋ ਕਿ ਸਿਰਫ ਪੰਜਾਬ ਮੇਂ ਨਹੀਂ, ਯੂਪੀ ਮੇਂ, ਨੇਪਾਲ ਮੇਂ, ਸਭ ਜਗ੍ਹਾ ਮਨਾਇਆ ਜਾਤਾ ਹੈ, ਨੌਰਥ ਇੰਡੀਆ ਮੇਂ। ਔਰ ਇਸੇ ਖੁਸ਼ਹਾਲੀ ਦਿਖਤੀ ਹੈ ਔਰ ਕਈ ਜਗ੍ਹਾ ਮੇਂ ਹਰਿਆਲੀ ਬੀਜ ਵੀ ਕਹਾ ਜਾਤਾ ਹੈ ਇਸਕੋ। ਬਹੁਤ ਅੱਛਾ ਲੱਗ ਰਿਹਾ ਹੈ ਯਹਾਂ ਪਰ। ਮੈਮ ਆਪਕੇ ਸਾਥ ਅਨਮੋਲ ਜੀ ਇੱਕ ਦਿਨ ਕੇ ਡੀਸੀ, ਕੱਲ ਚੰਦਰ ਗਹਿਣ ਜੀ ਨੇ ਕਾਫੀ ਉਨਕੋ ਮਾਨ ਸਨਮਾਨ ਦਿਆ, ਆਜ ਆਪ ਵੀ ਉਨਕੋ ਸਾਥ ਲੇ ਕੇ ਆਏ, ਕੈਸਾ ਲੱਗ ਰਿਹਾ ਆਪਕੋ? ਬਹੁਤ ਅੱਛਾ ਲੱਗ ਰਿਹਾ ਹੈ, ਬਹੁਤ ਹੋਨਹਾਰ ਲੜਕੀ ਹੈ, ਬਹੁਤ ਬਿਟੀਆ, ਬਹੁਤ ਅੱਛੀ ਹੈ, ਇਸਕੀ ਸਪੀਕਿੰਗ ਸਕਿਲਸ ਬਹੁਤ ਅੱਛੀ ਹੈ ਔਰ ਬਹੁਤ ਬਹੁਤ ਇਸਕੋ ਬਹੁਤ ਬਹੁਤ ਵਿਸ਼ਿਸ, ਗੁੱਡ ਵਿਸ਼ਿਸ ਐਂਡ ਬਲੈਸਿੰਗਸ। ਫਿਰੋਜ਼ਪੁਰ ਤੋਂ ਅਕਸ਼ੇ ਗਲਹੋਤਰਾ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ।